ओके ਮੈਂ ਆਸ਼ਕਾਰੀਓ ਚਲੋ ਪੰਜਾਬੀ 뮤직 ਸੀਨ ਤਾਂ ਫਾਇਰ ਤੇ ਆ ਬਾਈ ਜਮਾਈ ਇੰਟਰਨੈਸ਼ਨਲ ਲੈਵਲ ਤੇ ਕਰਨ ਔਜਲੇ ਦਲਜੀਤ ਉਹਨਾਂ ਨੇ ਅੱਗ ਲਾਈ ਹੈ ਇੰਡੀਆ ਲੈਵਲ ਤੇ ਇਸ ਵਕਤ ਸ਼ੋਭ ਨੇ ਜਿਹਦੇ ਤਿੰਨ ਚਾਰ ਗਾਣੇ ਨਿਕਲੇ ਉਹ ਵੀ ਉਹੀ ਐਨੇ ਚੱਲ ਰਹੇ ਨੇ ਇੰਨੇ ਚੱਲ ਰਹੇ ਨੇ ਔਜਲੇ ਨੇ ਯਾਰ ਅੱਗ ਲਾਤੀ ਯਾਰ ਨਾਟ ਗੋਇੰ ਲਾਇ ਬ੍ਰੋ ਇਹਦਾ ਸਰਾ ਹੀ ਕਰਤਾ ਯਾਰ ਵਾਈਜੀ ਨਾਲ ਕੋਲਾਬ ਆ ਰਿਹਾ ਔਜਲੇ ਦਾ ਬਹੁਤ ਸ਼ੀਤੀ ਜਿਸ ਤੱਕ ਲੱਗ ਰਿਹਾ ਸ਼ੂਟਿੰਗ ਤਾਂ ਬਸ ਹੋ ਜਾਣੀ ਆ ਅੱਜ ਕੱਲ ਚ ਪੂਰੀ ਔਜਲੇ ਨੇ ਵੀ ਲਿਖਿਆ ਕਹਿੰਦਾ ਵੀ ਮੈਂ ਆਪਣੇ ਪੰਜਾਬੀ ਲੋਕਾਂ ਨੂੰ ਵੀ ਆਪਣੀ ਕਮਿਊਨਿਟੀ ਨੂੰ ਪ੍ਰਾਊਡ ਕਰਾਉਣਾ ਚਾਹੁੰਦਾ ਸੀਗਾ ਵੀ ਬਿਗ ਸਕ ਜੋ ਹੋ ਗਿਆ ਉਹ ਮੈਂ ਇੱਕ ਬਹੁਤ ਦਿਨ ਪਹਿਲਾਂ ਇੱਕ ਕੋਲਾਬਸ ਤੇ ਵੀਡੀਓ ਬਣਾਈ ਸੀ ਵੀ ਕਿਵੇਂ ਕਈ ਕਲਾਬ ਨਾ ਬਸ ਪੈਸੇ ਦੇ ਗੀਤੇ ਹੁੰਦੇ ਚੱਲਦੇ ਨਹੀਂ ਪਰ ਮੈਨੂੰ ਲੱਗਦਾ ਔਜਲ ਆ ਪੁੱਲ ਕਰ ਸਕਦਾ ਹੈ ਕਲਾਬ ਕਿਉਂਕਿ ਉਹ ਰਹਿੰਦਾ ਉੱਧਰ ਜਦ ਥੋੜੀ-ਬੋਤੀ ਸਮਝ ਹੁੰਦੀ ਹੈ ਨਾ ਚੀਜ਼ਾਂ ਦੀ ਕਲਚਰ ਦੀ ਤਾਂ ਗਾਣਾ ਉਹ ਜਿਹਾ ਬਣਾ ਸਕਦੇ ਆ ਪਰ ਰੈਫਰੈਂਸਾਂ ਉੱਧਰ ਲੀਆਂ ਪਾ ਸਕਦੇ ਆ ਥੋੜੀਆਂ ਜੀਆਂ ਇੰਗਲਿਸ਼ ਵੀ ਵਧੀਆ ਬੋਲ ਲੈਂਦਾ ਫਿਰ ਉਹਨੂੰ ਵਿਚ ਕਨਵਰਸੇਸ਼ਨ ਹੁੰਦੀ ਆ ਦੂਜੇ ਰੈਪਰ ਨਾਲ ਤਾਂ ਬੰਦਾ ਸਮਝ ਲੈਂਦਾ ਵੀ ਮੇਰਾ ਆਈਡੀਆ ਕੀ ਆ ਤਾਂ ਉਹ ਉਹਦੇ ਅਰਾਊਂਡ ਲਿਖਦਾ ਕਈ ਵਾਰ ਐ ਹੁੰਦਾ ਕਈ ਕੋਲਾਬ ਕਰਦੇ ਆ ਬਾਹਰਲੇ ਯਾਰ ਇਹਦੇ ਬਾਰੇ ਗਾਣਾ ਤਾਂ ਉੱਪਰੋਂ ਉੱਪਰੋਂ ਸਮਝ ਕੇ ਬਣਾ ਦਿੰਦੇ ਆ ਵੀ ਇਹ ਈਛਾ ਇਹ ਐ ਕਿਹਾ ਹੋਇਆ ਤਾਂ ਮੈਂ ਇਹਦੇ ਬਾਰੇ ਐ ਰੈਪ ਲਿਖ ਦਿੰਨਾ ਪਰ ਮੈਨੂੰ ਲੱਗਦਾ ਇਹਨਾਂ ਦੀ ਕੰਪੋਜੀਸ਼ਨ ਆਪਸ ਵਿੱਚ ਵਧੀਆ ਹੋਈ ਹੋਊ YJ ਨੇ ਵੀ ਕੁਝ ਵਧੀਆ ਐਡ ਕੀਤਾ ਹੋਊ ਨਹੀਂ ਤਾਂ ਕਈ ਵਾਰ ਐ ਹੀ ਹੁੰਦਾ ਵੀ ਪੈਸੇ ਬਟਨ ਵਾਲਾ ਹੀ ਕੰਮ ਹੁੰਦਾ ਬਾਹਰਲੇ ਰੈਪਰਾਂ ਦਾ ਇੱਧਰ ਲਿਆਂ ਨਾਲ ਪਰ ਇਹ ਲੱਗਦਾ ਵੀ ਕੁਝ ਹੋਊਗਾ ਵਧੀਆ ਕੰਮ ਬਾਕੀ ਉਧਰ ਕਹ ਲਓ ਜਿਹੜਾ ਸ਼ੋਭਾ ਉਹਦੇ ਵੀ ਗਾਣੇ ਕਹ ਲਓ ਵੀ ਬਹੁਤ ਇੰਡੀਆ ਲੈਵਲ ਤੇ ਚੱਲ ਰਹੇ ਆ ਮੁੰਬਈ ਸਾਈਡ ਵੀ ਬਹੁਤ ਚੱਲ ਰਹੇ ਨੇ ਨਹੀਂ ਜ਼ਿਆਦਾਤਰ ਕੀ ਹੁੰਦਾ ਪੰਜਾਬੀ ਗਾਣੇ ਨੇ ਜਿਹੜੇ ਆਪਣੇ ਇੰਡੀਆ ET ET ਚੱਲਦੇ ਨੇ ਮੁੰਬਈ ਸਾਈਡ ਬਹੁਤ ਘੱਟ ਚੱਲਦੇ ਨੇ ਪਰ ਜਿਹੜਾ ਹੁਣ ਨਵੇਂ ਆਰਟਿਸਟ ਆ ਰਹੇ ਨੇ ਪੰਜਾਬੀ AP ਢਿੱਲੋਂ ਸ਼ੋਭ ਉਹਨਾਂ ਦੇ ਗਾਣੇ ਸਾਰੇ ਪਾਸੇ ਚੱਲ ਰਹੇ ਨੇ ਕਹਿ ਲਓ ਵੀ ਵਾਈ ਵੇ ਇੱਕ ਤਰ੍ਹਾਂ ਦੀ ਗਾਣੇ ਚ ਇੱਕ ਕੋਈ ਡਾਂਸਰ ਆ ਉਹ ਵੈਸੀ ਇੰਸਟਾਗ੍ਰam ਤੇ ਗਾਣੇ ਤੇ ਡਾਂਸ ਕਰਦਾ ਤੇ ਵਿਰਾਟ ਕੋਹਲੀ ਨੇ ਆਪਣੇ ਆਪ ਰਿਕੁਐਸਟ ਕੀਤਾ ਉਹਨੂੰ ਵੀ ਸ਼ੋਭ ਦੇ ਜਿਹੜਾ ਨੋ ਲਵ ਗਾਣਾ ਉਹਤੇ ਡਾਂਸ ਕਰਕੇ ਵੀਡੀਓ ਪਾ ਜੇ ਕਿਸੇ ਤੇ ਇੰਡੀਆ ਚ ਸਭ ਤੋਂ ਵੱਧ ਫਾਲੋਅਰ ਨੇ ਇੰਸਟਾਗ੍ਰam ਤੇ ਤਾਂ ਵਿਰਾਟ ਕੋਹਲੀ ਨੇ ਜਿਵੇਂ ਉਹ ਵੀ ਲੋਕਾਂ ਨੂੰ ਦੱਸ ਰਿਹਾ ਖੁੱਲ ਕੇ ਵੀ ਮੇਰਾ ਇਹ ਫੇਵਰਿਟ ਗਾਣਾ ਤਾਂ ਹੋਰ ਵੀ ਕਿੰਨੇ ਲੋਕ ਨੂੰ ਜਾ ਕੇ ਦੀਆ ਨਾ ਵੀ ਜਿਹੜੀ ਆਪਣਾ ਸਟੀਰੀਓ ਟਾਈਪ ਬਣਿਆ ਹੋਇਆ ਵੀ ਢੋਲ ਵਾਲੇ ਗਾਣਿਆਂ ਦਾ ਬੱਲੇ ਬੱਲੇ ਦਾ ਉਹ ਟੁੱਟਦਾ ਸਟੀਰੀਓ ਟਾਈਪ ਵੀ ਅਸੀਂ ਵੀ ਕਹ ਲਓ ਵਰਲਡ ਲੈਵਲ 뮤직 ਤਕੜਾ 뮤직 ਬਣਾ ਸਕਦੇ ਆ ਜਿਹੜਾ ਅੱਜ ਕੱਲ ਚੱਲਦਾ ਬਾਲੀਵੁੱਡ ਨਾਲੋਂ ਕਿਤੇ ਵਧੀਆ ਬਾਕੀ ਦਿਲਜੀਤ ਨੇ ਵੀ ਖਾਫੀ ਸਟਾਈਲਸ ਚ ਪਾਏ ਹੋਏ ਨੇ ਗਾਣੇ ਕਹ ਲਓ ਵੀ ਇੰਨੇ ਨੇ ਰੈਪਰਾਂ ਨਾਲ ਕੋਲਾਬ ਨੇ ਉਹਦੇ ਪਤਾ ਨਹੀਂ ਸ਼ਾਇਦ ਐਲਬਮ ਬਾਉ ਪਤਾ ਨਹੀਂ ਈਪੀ ਹੁਣੇ ਹੁਣੇ ਥੋੜੇ ਦਿਨ ਪਹਿਲਾਂ ਇੱਕ ਉਧਰਲੀ ਉਹ ਸਿੰਗਰ ਆ ਉਹ ਵੀ ਕਾਫੀ ਬੇਗ ਆਰਟਿਸਟ ਆ ਯਾਰ ਐਨੀ ਮੈਰੀ ਹੈ ਜਿਹੜੀ ਉਹਦੇ ਨਾਲ ਵੀ ਕੋਲਾਬ ਦੀ ਫੋਟੋ ਪਾਈ ਸੀ ਦਿਲਜੀਤ ਨੇ ਵੀ ਕੁ ਇਸ ਇੰਡਸਟਰੀ ਦੇ ਵਿੱਚ 2-3 ਮਹੀਨਿਆਂ ਤੱਕ ਆ ਸਕਦਾ ਗਰਮ ਤੋਂ ਗਰਮ ਗਾਣੇ ਗੱਲਾਂ ਤਾਂ ਛੋਟੀਆਂ ਹੁੰਦੀਆਂ ਨੇ ਵੀ ਗਾਣੀ ਨੇ ਚੱਲੇ ਅੱਜ ਕੱਲ ਨਾ ਦੁਨੀਆ 'ਚ ਇੰਨਾ ਸਾਈਡਨੈਸ ਲੋਕਾਂ ਨੂੰ ਐਨੀ ਐਂਜ਼ਾਈਟੀ ਡਿਪਰੈਸ਼ਨ ਨੇ ਤਾਂ ਬੰਦਾ ਮਾੜਾ ਮੋਟਾ ਗਾਣਾ ਸੁਣ ਕੇ ਖੁਸ਼ ਹੋ ਲੈਂਦਾ ਤਾਂ ਕਰਕੇ ਗਾਣੇ ਬਹੁਤ ਵੱਡਾ ਪਾੜ ਨੇ ਅੱਜ ਕੱਲ ਹਿਊਮਨ ਦੀ ਲਾਈਫ ਦਾ ਐਨੇ ਜਿਹੜੇ ਆਪਾਂ ਪੰਜਾਬੀ ਹਾਂ ਕਹ ਲੋ ਵੀ ਆਪਣਾ ਥੋੜਾ ਜਿਹਾ ਸਟਾਈਲ ਹੋਰ ਆ ਰਹਿਣਾ ਸਹਿਣਾ ਵੀ ਆਪਣਾ ਹੋਰਾਂ ਨਾਲੋਂ ਵੱਖ ਜਿਹਾ ਹੀ ਆ ਨਾ ਵੀ ਖੁੱਲ ਕੇ ਰਹਿਣੇ ਆ ਤਾਂ ਯਾਰ ਆਪਾਂ ਨੂੰ ਕੋਈ ਵਧੀਆ ਢੰਗ ਨਾਲ ਰਿਪਰੈਜ਼ੈਂਟ ਕਰਦਾ ਨਾ ਅੱਗੇ ਤਾਂ ਉਹ ਆਪਣੇ ਆਰਟਿਸਟ ਨਾਲ ਕੋਲਾਬ ਕਰੇ ਇਹ ਗੱਲ ਵੀ ਨਹੀਂ ਵੀ ਪੈਸੇ ਦੇ ਕੇ ਚਾਹੇ ਜੀਨੋ ਮਰਜੀਓ ਕੋਲਾਬ ਕਰ ਲਉ ਉਹਨਾਂ ਦੀ ਟੀਮਾਂ ਵੀ ਜਿਹੜੇ ਵੱਡੇ ਵੱਡੇ ਸਿੰਗਰ ਨੇ ਬਾਹਰਲੇ ਉਹਨਾਂ ਦੀ ਵੀ ਟੀਮਾਂ ਪੂਰਾ ਚੈੱਕ ਕਰਦੀਆਂ ਨੇ ਵੀ ਇਹਦਾ ਹੋਰ ਸਿੰਗਰਾਂ ਨਾਲ ਸਾਡਾ ਕੋਲਾਬ ਕਰਦੇ ਸਾਡਾ ਵੀ ਫਾਇਦਾ ਹੋ ਰਿਹਾ ਨਾ ਕਿ ਬਸ ਪੈਸੇ ਲਈਓ ਕਰ ਰਹੇ ਆ ਇਕੱਲਾ ਉਹਨਾਂ ਨੇ ਵੀ ਆਪਣੀ ਇਮੇਜ ਬਣਾ ਕੇ ਰੱਖਣੀ ਹੁੰਦੀ ਆ ਕਦੇ ਕਦੇ ਕਹਿ ਸਕਦੇ ਆ ਵੀ ਪੈਸੇ ਲਈ ਜ਼ਰੂਰ ਕਰਦੇ ਆ ਪਰ ਜ਼ਿਆਦਾਤਰ ਉਹ ਆਪਣੀ ਇਮੇਜ ਓਵਰਆਲ ਸੰਭ ਕੇ ਰੱਖਦੇ ਆ ਵੀ ਦੂਜਾ ਜਿਹੜਾ ਸਿੰਗਰ ਹੋਵੇ ਉਹਦੇ ਵੀ ਉਹਨੇ ਨੰਬਰ ਵਧੀਆ ਆਉਂਦੇ ਹੋਣ ਮਿਊਜ਼ਿਕ ਦੀਆਂ ਯਾਰ ਕੋਈ ਬਾਉਂਡਰੀ ਨਹੀਂ ਚੰਗਾ ਮ ਸਪਰੈਡ ਹੋਣਾ ਤਾਂ ਹੋਏ ਜਾਂਦਾ ਹਰ ਜਗ੍ਹਾ ਜੇ ਖਾਣ ਪੀਣ ਦੇ ਟੇਸਟ ਬਦਲਦੇ ਨੇ ਤਾਂ ਮਿਊਜ਼ਿਕ ਦਾ ਵੀ ਅਲੱਗ ਟੇਸਟ ਆ ਤਾਂ ਜਿਹੜਾ ਪੰਜਾਬੀ ਮਿਊਜ਼ਿਕ ਆ ਉਹ ਤਾਂ ਕਹ ਲਓ ਵੀ ਥੋੜਾ એનર્ਜੀ ਵਾਲਾ ਹੁੰਦਾ ਤਾਂ ਲੋਕ એનર્ਜੀ ਪਸੰਦ ਕਰਦੇ ਨੇ ਉਹ ਪਰ ਠੀਕ ਆ ਜਿਕਾਰੀਓ ਚੱਲਦੇ ਆ ਯਾਰ ਹਮਾਰਾ ਸ਼ਿੱਕਾ